ਤੇ ਜਿਵੇਂ ਤੁਸੀਂ ਇੱਕ ਦੂਜੇ ਨੂੰ ਚੀਕਾਂ ਮਾਰ ਕੇ ਬੁਲਾਉਂਦੇ ਹੋ ਨਾ, ਓਏ ਮਾਜੇ ਬੁਲਾਉਂਦੇ ਹੋ ਨਾ ਕਦੀ ਕਦੀ, ਜੇ ਕਿਸੇ ਨੇ ਇੰਜ ਮੇਰੇ ਮਹਿਬੂਬ ਨੂੰ ਸੱਦਾ ਵੀ ਮਾਰਿਆ ਇੰਜ ਕਰਕੇ, ਇਹ ਦੋ ਕੰਮ ਫਿਰ ਹੋਏਗਾ ਕੀ? ਅੰਤ ਬਾਲੁਕੁਮ ਵੰਤੁਮ ਲਾਤਸ਼ੂਰੂ, ਤੁਹਾਡੀਆਂ ਸਾਰੀਆਂ ਨੇਕੀਆਂ ਦਾ ਕੜਾਕਾ ਕੱਢ ਦਿਆਂਗਾ, ਬੇਈਮਾਨ ਬਣਾ ਦਿਆਂਗਾ, ਤੁਹਾਨੂੰ ਸੁਰਤ ਵੀ ਨਹੀਂ ਲੱਗੇਗੀ, ਤੁਸੀਂ ਸਮਝਦੇ ਰਹੋਗੇ ਅਸੀਂ ਹਾਜੀ ਹਾਂ, ਤੁਸੀਂ ਸਮਝਦੇ ਰਹੋਗੇ ਅਸੀਂ ਬੜੇ ਸੂਫੀ ਹਾਂ, ਲੇਕਿਨ ਜ਼ਰਾ ਜੀ ਤੁਸੀਂ ਮੇਰੇ ਮਹਿਬੂਬ ਦੀ ਸ਼ਾਨ ਦੇ ਖਿਲਾਫ ਵਰਜੀ ਕੀਤੀ, ਸਾਰੀਆਂ ਨੇਕੀਆਂ ਦਾ ਬੇੜਾ ਗਰਕ ਕਰ ਦਿਆਂਗਾ, ਬੇਈਮਾਨ ਬਣਾ ਦਿਆਂਗਾ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ। ਮੈਂ ਆ ਸ਼ੇਖ ਅਸਲਮ ਸਾਹਿਬ ਨੇ ਅਸੀਂ ਬੈਠੇ, ਮੈਂ ਮਿਸਾਲ ਦੇ ਕੇ ਸਮਝਾਉਣ ਲੱਗਾ, ਉਹ ਸ਼ੇਖ ਜੀ ਹਾਲ ਕੀ ਹੈ? ਉਹ ਭਾਜੀ ਠੀਕ ਹੈ। ਹੁਣ ਮੈਂ ਤੇ ਸ਼ੇਖ ਸਾਹਿਬ ਨੇ ਇਸ ਟੋਨ ਚ ਗੱਲ ਕੀਤੀ ਤੇ ਆਵਾਜ਼ ਹੌਲੀ ਕਿਹਦੀ ਹੈ? ਮੇਰੀ ਜ਼ਰਾ ਉੱਚੀ ਕੌਣ ਬੋਲੇ ਨੇ? ਸ਼ੇਖ ਸਾਹਿਬ। ਇਹਨਾਂ ਮੈਨੂੰ ਕੋਈ ਗਾਲ ਕੱਢ ਦਿੱਤੀ? ਇਹਨਾਂ ਮੇਰੀ ਕੋਈ ਤੋਹੀਨ ਕੀਤੀ ਹੈ? ਭਾਜੀ ਆਖਿਆ ਨਾ ਭਾਜੀ ਠੀਕ ਹੈ ਜੀ, ਭਾਜੀ ਠੀਕ ਹੈ, ਬਸ ਥੋੜੀ ਜਿਹੀ ਆਵਾਜ਼ ਹੀ ਉੱਚੀ ਹੋਈ ਹੈ ਨਾ। ਅੱਲਾ ਕਰੀਮ ਇਰਸ਼ਾਦ ਫਰਮਾਂਦਾ, ਮੇਰੇ ਬੰਦਿਓ ਚੰਗੀ ਤਰ੍ਹਾਂ ਯਾਦ ਕਰ ਲੈਣਾ, ਇਹ ਬਾਰਗਾਹ ਕੋਈ ਦੋਸਤ ਅਹਬਾਬ ਦੀ ਬਾਰਗਾਹ ਨਹੀਂ, ਇਹ ਬਾਰਗਾਹ ਕਿਸੇ ਪੀਰ ਮੁਰੀਦ ਦੀ ਬਾਰਗਾਹ ਨਹੀਂ, ਇਹ ਬਾਰਗਾਹ ਉਸਤਾਦ ਸਜੀਰਤ ਦੀ ਬਾਰਗਾਹ ਨਹੀਂ, ਇਹ ਬਾਰਗਾਹ ਪਿਓ ਪੁੱਤਰ ਦੀ ਬਾਰਗਾਹ ਨਹੀਂ, ਇਹ ਬਾਰਗਾਹ ਤੇ ਅੱਲਾ ਦੇ ਹਬੀਬ ਦੀ ਬਾਰਗਾਹ ਹੈ। ਜ਼ਰਾ ਵੀ ਤੇਰੀ ਆਵਾਜ਼ ਦੌਰਾਨ ਗੁਫ਼ਤਗੂ ਮੇਰੇ ਮਹਿਬੂਬ ਦੀ ਆਵਾਜ਼ ਤੋਂ ਉੱਚੀ ਹੋਈ ਨਹੀਂ। ਅੰਤ ਬਤਾ ਮਾਲੁਕੁਮ ਵਅੰਤੁਮ ਲਾ ਤਸ਼ੂਰੂ, ਇਹ ਨਬੀ ਪਾਕ ਦਾ ਅਦਬ ਇੰਜ ਕਰਨਾ, ਜ਼ਰਾ ਵੀ ਕਿਸੇ ਪਾਸਿਓ ਤੁਹਾਨੂੰ ਪਤਾ ਵੀ ਨਹੀਂ ਲੱਗਣਾ, ਕੜਾਕਾ ਨਿਕਲ ਕੇ ਈਮਾਨ ਦਾ ਹੋ ਗਿਆ। ਹੋਰ ਕਿੰਨਾ ਕੁ ਅਦਬ ਕਰਨਾ, ਇੱਕ ਆਇਤ ਹੋਰ ਸੁਣ ਲਓ। ਮੈਂ ਹੁਣ ਤਕਰੀਰ ਕਰ ਰਿਹਾ, ਤੁਸੀਂ ਸੁਣ ਰਹੇ ਹੋ। ਕਈ ਤੁਹਾਡੇ ਚੋਂ ਬੰਦੇ ਐਸੇ ਨੇ, ਮੈਂ ਜਦੋਂ ਆਇਤ ਪੜ੍ਹੀ ਉਹ ਫੱਟ ਸਮਝ ਗਿਆ ਜੇ ਨੇ ਕਹਿਣਾ ਕੀ। ਕਈ ਐਸੇ ਬੰਦੇ ਨੇ ਉਦੋਂ ਤਾਂ ਨਹੀਂ ਸਮਝੇ, ਲੇਕਿਨ ਜੂੰ ਜੂੰ ਮੈਂ ਬਿਆਨ ਕਰਦਾ ਜਾਵਾਂਗਾ ਉਹ ਨਾਲ ਨਾਲ ਸਮਝਦੇ ਜਾਣਗੇ। ਬੜੇ ਤੇਜ਼ ਦਿਮਾਗ ਨੇ, ਬੜੇ ਸਮਝਦਾਰ ਨੇ। ਕਈ ਬੰਦੇ ਐਸੇ ਹੈ ਜਿਹੜੇ ਤਕਰੀਰ ਸੁਣ ਕੇ ਪੂਰੀ ਤੇ ਨਹੀਂ ਸਮਝਣਗੇ, ਅੱਧੀ ਪਚੱਧੀ ਸਮਝ ਜਾਣਗੇ। ਪੂਰੀ ਤਕਰੀਰ ਸਮਝਣ ਵਾਸਤੇ ਉਹਨਾਂ ਨੂੰ ਮੇਰੀ ਇਹ ਤਕਰੀਰ ਦੀ ਕੇਸਟ ਫਿਰ ਸੁਣਨੀ ਪੈਗੀ। ਕਈ ਐਸੇ ਵੀ ਹੋਣਗੇ, ਕਈ ਐਸੇ ਵੀ ਅੱਲਾ ਦੇ ਵਲੀ ਹੁੰਦੇ ਨੇ, ਮੈਂ ਕਹਿੰਦਾ ਕੁਝ ਹਾਂ ਉਹ ਸਮਝਦੇ ਕੁਝ ਨੇ। ਆ ਬੰਦਿਆਂ ਬੰਦਿਆਂ ਚ ਫਰਕ ਹੁੰਦਾ ਹੈ ਨਾ। ਇੰਜੀ ਸਾਬਾ ਕਿਰਾਮ ਵੀ ਸਾਰੇ ਸਾਬੀ ਸਨ, ਜੰਤੀ ਸਨ, ਪਰ ਮਾਇੰਡ ਦੇ ਇਤਬਾਰ ਨਾਲ ਸਾਰੇ ਇੱਕ ਨਹੀਂ ਸਨ। ਨਬੀ ਕਰੀਮ ਅਲੈਹਿ ਸਲਾਮ ਨੇ ਕੋਈ ਮਸਲਾ ਬਿਆਨ ਕਰਨਾ ਨਾ, ਤੇ ਕਈ ਵਾਰੀ ਕਿਸੇ ਨੂੰ ਸਮਝ ਨਾ ਆਣੀ, ਜਾਂ ਇੰਜ ਵੀ ਹੋਣਾ ਕਿ ਹੈ ਤੇ ਸਮਝਦਾਰ ਲੇਕਿਨ ਧਿਆਨ ਜ਼ਰਾ ਕਿਸੇ ਹੋਰ ਪਾਸੇ ਚਲਾ ਗਿਆ, ਗੱਲ ਪੂਰੀ ਸਮਝ ਨਾ ਆਈ, ਤੇ ਉਹਨਾਂ ਨੇ ਨਾ ਅਰਜ਼ ਕਰਨਾ, ਰਾਇਨਾ ਯਾ ਰਸੂਲ ਅੱਲਾ। ਕੀ ਅਰਜ਼ ਕਰਨਾ? ਰਾਇਨਾ ਯਾ ਰਸੂਲ ਅੱਲਾ, ਏ ਅੱਲਾ ਦੇ ਮਹਿਬੂਬ ਸੱਲੱਲਾਹੁ ਅਲੈਹਿ ਵਸੱਲਮ, ਸਾਡੀ ਰਿਆਇਤ ਫਰਮਾ ਦਿਓ, ਇਹ ਮਸਲਾ ਰਿਪੀਟ ਕਰ ਦਿਓ, ਦੁਹਰਾ ਦਿਓ। ਇਹ ਹੁਣ ਗੱਲ ਕੋਈ ਮਾੜੀ ਤੇ ਨਹੀਂ ਨਾ, ਰਾਇਨਾ ਯਾ ਰਸੂਲ ਅੱਲਾ ਕੋਈ ਮਾੜਾ ਕੰਮ ਤੇ ਨਹੀਂ ਨਾ, ਲਫ਼ਜ਼ ਵੀ ਬਿਲਕੁਲ ਠੀਕ ਹੈ, ਇਹਦਾ ਮਤਲਬ ਵੀ ਬਿਲਕੁਲ ਠੀਕ ਹੈ, ਸਾਬਾ ਦੀ ਨੀਯਤ ਵੀ ਬਿਲਕੁਲ ਠੀਕ ਸੀ। ਲੇਕਿਨ ਇੱਕ ਟੱਬਰ ਸੀ ਬੇਈਮਾਨਾਂ ਦਾ ਵਿੱਚ, ਯਹੂਦੀਆਂ ਦਾ, ਉਹਨਾਂ ਦੀ ਬੋਲੀ ਚ ਰਾਇਨਾ ਦਾ ਮਾਨਾ ਹੋਰ ਸੀ। ਰਾਇਨਾ ਕਹਿੰਦੇ ਸਨ ਬੇਵਕੂਫ ਨੂੰ,
انہوں نے مزاق بنا لیا رائنا محمد رائنا. ان صحابہ دی نیت تے ٹھیک سی نا, لفظ بھی بالکل ٹھیک سی, معنی بھی بالکل ٹھیک سی, نیت بھی ٹھیک سی, پر چونکہ ایس صحیح لفظ دی آڑ چ کچھ لوکی سونے دی گستاخی کر جاندے سن, تے اللہ نے اپنے محبوب دی بارگاہ دا پروٹوکول بیان فرمایا. میں اکثر ایک گل کردا, اے ساڈیاں گورنمنٹ آندیاں نا اج کل گورنمنٹ پیپل پارٹی دی صدارت زرداری کول, تے زرداری دا پروٹوکول اے دی پارلیمنٹ دے او جیالے بنان گے. پہلے حکومت سی مشرف دی, او دا پروٹوکول او دے چمچے بنا دے سن, اس تو پہلے حکومت سی میاں نواز شریف دی, او دا پروٹوکول او دی پارلیمنٹ دے متوالے بنا سن. پر جدوں پیارے مصطفیٰ دے پروٹوکول دی واری آئی نہ اللہ نے کسی پارلیمنٹ نوں نہیں آکھیا, خود محبوب دا پروٹوکول بیان فرمایا. اللہ تعالیٰ نے ارشاد فرمایا پہلا سپارہ, یا ایھا الذین آمنوا لا تقولوا راعنا او ایمان والے, جو پہلے ہو گیا سو ہو گیا, اج تو بعد تسا رائے نہ کہنا ہی نہیں. لو کیڑا لفظ نہیں کہنا, کیوں لفظ ماڑا تے نہیں نا, نیت ماڑی تے نہیں نا, لفظ بھی صحیح ہے, دا معنی بھی صحیح ہے, بولن والے نیت بھی صحیح ہے, پر نا اے میرے محبوب دی بارگاہ ہے, خبردار اے لفظ نہیں کہنا, کیونکہ کوئی دوجا اس تو گستاخی کر سکتا نا, اے لفظ نہیں کہنا. یا اللہ تے جے عرض کرن دی لوڑ پی جائے تے پھر کیڑا لفظ عرض کریے, جی عرض کرن دی لوڑ پی جائے لجپالا کہے گل ذرا دہرا دیو ریپیٹ کر دیو تے پھر کیڑا لفظ عرض کریے. اللہ کریم نے ارشاد فرمایا وقولو انظرنا اے میرے محبوب کے صحابہ, جس ویلے لوڑ پی جائے عرض کرن دی روئے نا نہیں کہنا, بلکہ کہنا پی جائے تے عرض کرنا انظرنا یا رسول اللہ. جے لوڑ پی جائے تو کیڑا لفظ کہنا ہے, انظرنا یا رسول اللہ, کیڑا لفظ کہنا ہے؟ تائیں صرف سنی اج یہ لفظ کہندا ہے یا رسول اللہ انظر حالنا یا حبیب اللہ اسما قالنا یا رسول اللہ انظر یا حبیب اللہ اسما. پتا کوئی نہیں رب کے کاموں کا ہو سکتا ہے, اے ہوئی رات لیلۃ القدر. سرکار نے کوئی تعین تے نہیں نہیں فرمایا, آخری اشرے دیا تاک راتاں چ لبو تے آخری رات تے تے درود شریف والی مسجد چ بیٹھے ہیں, تے اللہ دے ولی دی مسجد چ بیٹھے ہیں, تے لجپال آقا دی بارگاہ چ عرض کر دئیے, ہو سکتا ہے چولی پھول پی جان یا رسول اللہ انظر حالنا یا حبیب اللہ